ਪਟਿਆਲਾ ਮੀਡੀਆ ਕਲੱਬ ਪਹੁੰਚੇ ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅਰਥ ਵਿਵਸਥਾ ਦਾ ਇੰਨਾ ਮਾੜਾ ਹਾਲ ਹੈ। ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਰਥ ਵਿਵਸਥਾ ਨੂੰ ਮੁੜ ਤੋਂ ਪਟੜੀ ਤੇ ਲਿਆਉਣ ਲਈ ਸਾਬਕਾ ਪ੍ਰਧਾਨ ਮੰਤਰੀ ਅਤੇ ਉੱਘੇ ਅਰਥ ਸ਼ਾਸਤਰੀ ਮਨਮੋਹਨ ਸਿੰਘ ਦੀ ਸਲਾਹ ਲਵੇ। ਦੇਖੋ ਬਿਲਕੁਲ ਠੀਕ ਆ, ਅੱਜ ਜਿਹੜੀ ਆਰਥਿਕ ਦਸ਼ਾ ਹੈਗੀ ਪੂਰੇ ਕੰਟਰੀ ਦੀ, ਆਪਾਂ ਸਾਰੇ ਬਹੁਤ ਜ਼ਿਆਦਾ ਫਿਕਰਮੰਦ ਹਾਂ। ਅਤੇ ਕਿਉਂਕਿ ਚਾਹੇ ਕਿਸੇ ਨੂੰ ਪਾਰਟੀ ਲੈਵਲ 'ਤੇ ਨਹੀਂ ਇਹ ਗੱਲ ਲੈਣੀ ਚਾਹੀਦੀ, ਕਿਉਂਕਿ ਦੇਸ਼ ਦਾ ਸਵਾਲ ਆ ਅਤੇ ਸਾਰਿਆਂ ਨੂੰ ਇਸ ਗੱਲ ਦੇ ਲਈ ਧਿਆਨ ਵੀ ਲੈਣਾ ਚਾਹੀਦਾ, ਦੇਣਾ ਚਾਹੀਦਾ। ਅਤੇ ਕੁਛ ਗੱਲਾਂ ਐਸੀਆਂ ਨੇ ਜਿਹੜੇ ਗਲਤ ਫੈਸਲੇ, ਜਿਹੜੇ ਪਹਿਲਾਂ ਸਰਕਾਰ ਨੇ ਨੋਟਬੰਦੀ ਦਾ ਹੋਇਆ, GST ਦਾ ਹੋਇਆ, ਹੋਰ ਵੀ ਜਿਹੜੇ ਗਲਤ ਫੈਸਲੇ ਲਏ ਆ, ਉਹਨਾਂ ਕਰਕੇ ਜਿਹੜੀ ਅੱਜ ਆਰਥਿਕ ਮੰਦਹਾਲੀ ਦੇਸ਼ 'ਚ ਆ ਰਹੀ ਹੈ। ਸਭ ਤੋਂ ਵੱਡਾ ਵਰੀਡ ਇਸ ਗੱਲ ਦੀ ਹੈਗੀ ਹੈ ਕਿ ਜਿਹੜਾ ਇਨਵੈਸਟਰ ਸੀਗਾ ਉਹ ਰੁਕ ਗਿਆ ਦੇਸ਼ 'ਚ ਆਉਣ ਦਾ, ਅਤੇ ਉਹ ਰੁਕ ਗਿਆ ਅਤੇ ਉਹਦੇ ਕਰਕੇ ਜਿਹੜੀ ਹੈਗੀ ਆ ਇੰਡਸਟਰੀ ਸਾਡੀ ਜਾਂ ਹੋਰ ਵੀ ਜਿਹੜੇ ਬਹੁਤ ਵੱਡੇ ਸੀਗੇ, ਬੇਰੁਜ਼ਗਾਰੀ ਆਏਗੀ ਉਹ ਬੰਦ ਹੋਣ ਦੇ ਨਾਲ। ਅੱਜ ਮੈਂ ਇਹ ਕਹਿ ਸਕਦਾ ਕਿ ਸਹੀ ਮਿਹਨਤ 'ਚ ਜੇ ਦੇਸ਼ ਨੂੰ ਬਚਾਉਣਾ ਤਾਂ ਡਾਕਟਰ ਮਨਮੋਹਨ ਸਿੰਘ ਜਿਹੜੇ ਸਾਡੇ ਫੋਰਮਰ ਪ੍ਰਾਈਮ ਮਿਨਿਸਟਰ ਨੇ, ਵਰਲਡ ਦੇ ਸਭ ਤੋਂ ਨੰਬਰ ਇੱਕ ਨੰਬਰ ਦੇ ਅਰਥ ਸ਼ਾਸਤਰੀ ਨੇ, ਉਹਨਾਂ ਕੋਲ ਜਾ ਕੇ ਸਰਕਾਰ ਨੂੰ ਬੈਠਣਾ ਚਾਹੀਦਾ। ਸਰਕਾਰ ਦੇ ਚਾਹੇ ਖਜ਼ਾਨਾ ਮੰਤਰੀ ਹੋਣ ਚਾਹੇ ਪ੍ਰਧਾਨ ਮੰਤਰੀ ਹੋਣ, ਤਾਂ ਉਹਨਾਂ ਦੀ ਸਲਾਹ ਲੈਣ ਤਾਂ ਹੀ ਜਾ ਕੇ ਦੇਸ਼ ਭਲੇ ਹੈਗਾ। ਚਲੋ ਕੇਂਦਰ ਅੱਜ ਦੇ ਹੁਣ ਮਾਨਯੋਗ ਚੀਫ ਮਿਨਿਸਟਰ ਸਾਹਿਬ ਨੇ ਅਤੇ 1000 ਕਰੋੜ ਰੁਪਏ ਸੈਂਟਰ ਤੋਂ ਦਵਾਇਆ। ਜੇ ਬੀਬੀ ਹਰਸਿਮਰਤ ਕੌਰ ਬਾਦਲ ਸੈਂਟਰ 'ਚ ਬੈਠੇ ਆ, ਉਹਨਾਂ ਨੂੰ ਅਸੀਂ ਵੀ ਕਹਿੰਦੇ ਹਾਂ ਕਿ ਤੁਸੀਂ ਉੱਥੇ ਮਦਦ ਕਰਕੇ ਸਾਡਾ 1000 ਕਰੋੜ ਰੁਪਏ ਦਵਾਓ। ਕੁਦਰਤੀ ਤੌਰ 'ਤੇ ਜਿਹੜੀ ਆਫਤ ਹੁੰਦੀ ਹੈ ਉਹਦਾ ਕਿਸੇ ਨੂੰ ਕੋਈ ਰੋਕ ਨਹੀਂ ਸਕਦਾ ਹੈਗਾ, ਅਤੇ ਨਾ ਹੀ ਤੁਸੀਂ ਜਿਹੜਾ ਹੈਗਾ ਉਸ ਨੂੰ ਰੋਕ ਸਕਦੇ ਆ। ਅਤੇ ਉਹ ਜੇ ਐਵੇਂ ਆਪਾਂ ਇੱਕ ਦੂਜੇ 'ਤੇ ਐਲੀਗੇਸ਼ਨ ਕਰੀਏ, ਬਿਹਤਰ ਇਹ ਆ ਕਿ ਸਾਨੂੰ ਜਿਹੜੇ ਪੰਜਾਬ ਦੇ ਲੋਕ ਅਫੈਕਟ ਹੋਏ ਆ ਉਹਨਾਂ ਦੇ ਨਾਲ ਹਮਦਰਦੀ ਕਰਨੀ ਚਾਹੀਦੀ ਆ, ਉਹਨਾਂ ਦੇ ਨਾਲ ਖੜਨਾ ਚਾਹੀਦਾ, ਇਹੋ ਜਿਹੇ ਕੰਮਾਂ 'ਚ ਰਾਜਨੀਤੀ ਨਹੀਂ ਕਰਨੀ ਚਾਹੀਦੀ।